केंद्र की मोदी सरकार वालों बीते वरे 5 जून नूं किसान विरोधी पास किए काले कानूनों के मद्देनज़र दिल्ली की सरहदां दी किसान घेराबंदी करी बैठे ने, पर मोदी सरकार वालों किसानां नाल कीतियां कई मीटिंगां दौरान कोई हल ना निकलण ते किसान अज भी उस तरह दिल्ली दीआं बरूहां ते बैठे ने, जिन्हां नूं उत्थे बैठियां 6 महीने तो वध समां हो गया, जिस दे रोस वजों संयुक्त किसान मोर्चे दे सद्दे ते 5 मई नूं काले दिवस वजों मनाउण अते काले कानूनों दीआं कापियां साड़न लई किसान यूनियन एकता उगराहां दे ब्लाक खजानची कुलविंदर सिंह भुंदण दी अगवाई मलेरकोटला विखे भी किसानां ने एकत्र होकर केंद्र सरकार खिलाफ मुजाहरा करदियां मोदी दा पुतला फूकिया। इस मौके किसान आगुआं ने सरकार नूं चेतावनी दिंदिया होया कहा कि जेकर अजे भी सरकार ना जागी तां संघर्ष होर भी तिखा कीता जाएगा। अंदर सिंह मलेरकोटला ब्लाक खजानची भारतीय किसान यूनियन एकता ग्रांह दा अज ही 1 साल हो गया जिहड़े काले कानून सेंटर दी मोदी सरकार लैके आई थी, असीं इह कानूनां नूं अज साड़ांगे, क्यों 1 साल हो गया ਇਹ ਕਾਲੇ ਕਾਨੂੰਨ ਬਹੁਤ ਮਹਾਮਾਰੀ ਦੀ ਬਿਮਾਰੀ ਦੀ ਆੜ ਦੇ ਵਿੱਚ ਲੈ ਕੇ ਆਏ ਤੇ ਇਹਦੇ ਵਿੱਚ ਕੋਈ ਕਿਸਾਨਾਂ ਨੇ ਰਹਿਣੀ ਲਿੱਤੀ ਗਈ, ਕਿਉਂ ਜਦੋਂ ਲੋਕ ਅੰਦਰ ਵਾੜੇ ਬੈਠੇ ਤੇ ਧਮਕਾਏ ਹੋਏ ਡਰੇ ਬੈਠੇ ਤੇ ਬਿਮਾਰੀ ਤੋਂ, ਉਦੋਂ ਇਹੋ ਜਿਹੇ ਕਾਨੂੰਨ ਲੈ ਕੇ ਆਈ ਆ। ਇਹ ਕਾਨੂੰਨਾਂ ਦੇ ਅੱਜ ਅਸੀਂ ਵਿਰੋਧ ਕਰਦੇ ਹਾਂ, ਕਾਲਾ ਦਿਨ ਮਨਾ ਰਹੇ ਹਾਂ, SDO ਸਾਹਿਬ ਦੇ ਦਫ਼ਤਰ ਮੂਹਰੇ ਫੂਕਾਂਗੇ ਜੀ। ਇਹ ਊਂ ਤਾਂ ਸਾਨੂੰ ਕੌਲ ਅਤੇ ਸਨੋਤ ਮੋਰਚੇ ਵੱਲੋਂ ਵੀ ਜਿੰਨੇ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਘਰਾਂ ਅੱਗੇ ਫੂਕਣਾ, ਅਤੇ ਸਾਡੇ ਮਲੇਰਕੋਟਲੇ ਵਿੱਚ ਕੋਈ ਭਾਜਪਾ ਦਾ ਹੈਗਾ ਲੀਡਰ ਨਹੀਂ ਹੈਗਾ, ਸਿਰ ਕੱਢਵਾਂ ਵੀ ਜਿਹੜਾ ਕੋਈ ਵਿੱਚ ਹਿੱਸਾ ਲੈਂਦਾ ਹੋਵੇ, ਕੋਈ ਮਾੜਾ ਮੋਟਾ ਡਰਦਾ ਡਰਾਉਂਦਾ ਖੜਦਾ, ਜੇ MC ਦੀਆਂ ਵੋਟਾਂ 'ਚ ਵੀ ਖੜਦਾ ਗਾ, ਉਹ ਹੀ ਚੋਰੀ ਸਪੋਰੀ ਖੜਦਾ ਗਾ। ਇਹ ਸੰਯੁਕਤ ਮੋਰਚੇ ਨੇ ਹੁਣ ਜੀ ਇਹ ਤੁਹਾਨੂੰ ਹੋਰ ਗੱਲ ਕਲੀਅਰ ਕਰਦਾ, ਜਿਹੜੇ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਾਂ ਇਹ 9 ਮੈਂਬਰੀ ਕਮੇਟੀ ਵਿੱਚ ਆ ਗਈ, ਹੁਣ ਇਹ ਇਕੱਠੀ ਨੇ ਸੰਯੁਕਤ ਮੋਰਚਾ ਭਾਰਤੀ ਕਿਸਾਨ ਯੂਨੀਅਨ, ਜਾਣੀ ਇਹ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ ਅਸੀਂ ਕਰ ਰਹੇ ਜਿਹੜਾ ਅੱਜ ਦਾ ਇਹ ਦਿਨ ਕਾਲਾ ਦਿਨ ਮਨਾ ਰਹੇ ਹਾਂ, ਅਰਥੀ ਫੂਕ ਮਿਲਿਆ ਕਰਨਾ, ਨਾਲ ਜਿਹੜੇ ਕਾਲੇ ਬਿੱਲ ਨੇ ਉਹ ਫੂਕਣੇ। ਮੇਰਾ ਨਾਮ ਗੁਰਪ੍ਰੀਤ ਸਿੰਘ, ਪਿੰਡ ਹਸਨ। ਜਿਹੜਾ ਅੱਜ ਦਾ ਏਜੰਡਾ ਸਾਡਾ ਇਹ ਕਾਲੇ ਕਾਨੂੰਨਾਂ ਖਿਲਾਫ, ਜਿਹੜਾ ਮੋਦੀ ਸਰਕਾਰ ਚੁੱਪ ਬੈਠੀ ਆ, ਇਹਦੇ ਕਰਕੇ ਅੱਜ ਅਸੀਂ SDF ਦਫ਼ਤਰ ਮੂਹਰੇ ਪੁਤਲਾ ਫੂਕਣਾ, ਇਹ ਸਰਕਾਰ ਨੂੰ ਜਗਾਉਣ ਵਾਸਤੇ ਕਿ ਸਾਡੇ ਨਾਲ ਗੱਲਬਾਤ ਕਰਨ। ਇਹ ਕਾਲੇ ਜਿਹੜੇ ਕਾਨੂੰਨ ਨੇ ਸਾਡੇ ਮੌਤ ਦੇ ਬਰੰਟ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਇਸ ਕਰਕੇ ਅਸੀਂ ਅੱਜ SDO ਦਫ਼ਤਰ ਮੂਹਰੇ ਅੱਜ ਮੋਦੀ ਦਾ ਪੁਤਲਾ ਫੂਕਾਂਗੇ। ਸਾਡਾ ਇਹ ਮੁੱਦਾ ਸੀ, ਜਿਵੇਂ ਹੁਣ ਸਰਕਾਰ ਨੂੰ ਇਹ ਸੀਗਾ ਵੀ ਹੁੰਦਾ ਵੀ ਪਤਾ ਨਹੀਂ ਲੋਕ ਘਰਾਂ 'ਚ ਟਿਕ ਕੇ ਬੈਠ ਜਾਣਗੇ। ਹੁਣ ਸਰਕਾਰ ਨੇ ਪਿਛਲੇ ਸਾਲ ਇਹ ਕਾਨੂੰਨ ਪਾਸ ਕੀਤੇ ਸੀਗੇ, 1 ਸਾਲ ਹੋ ਗਿਆ, ਉਵੇਂ ਹੀ ਤੁਹਾਡੇ ਸਾਹਮਣੇ ਜੋ ਇਹ ਲਹਿਰ ਹੈਗਾ ਜੋ ਲੋਕਾਂ ਦਾ ਇੱਕ ਆ ਉਵੇਂ ਹੀ ਆ, ਤੁਸੀਂ ਦੇਖ ਰਹੇ ਹੋ ਰੋਜ਼ ਇਕੱਠਾਂ ਦੇ ਵਿੱਚ ਜਥੇਬੰਦੀ ਦੇ ਇਕੱਠ ਹੁੰਦੇ ਨੇ, ਲੋਕ ਉਵੇਂ ਹੀ ਪਹੁੰਚਦੇ ਨੇ। ਜਿਹੜੀਆਂ ਸਰਕਾਰਾਂ ਨੂੰ ਇਹ ਝਾਕ ਹੈ ਵੀ ਪਤਾ ਨਹੀਂ ਲੋਕ ਅੱਕ ਕੇ ਘਰਾਂ 'ਚ ਬੈਠ ਜਾਣਗੇ, ਕੋਈ ਗੱਲ ਨਹੀਂ, ਸਾਡੇ ਵੀ ਹੌਸਲੇ ਬੁਲੰਦ ਨੇ, ਜਿਵੇਂ ਜਿਵੇਂ ਵੋਟਾਂ ਆਈ ਜਾਣਗੀਆਂ ਅਸੀਂ ਉਹਨਾਂ ਚਿਰ ਘਰੇ ਨਹੀਂ ਟਿੱਕੇ ਪੈਂਦੇ। ਬੰਗਾਲ ਦੇ ਵਿੱਚੋਂ ਮੋੜਾ ਪਾ ਲਿਆ ਮੋਦੀ ਸਰਕਾਰ ਨੂੰ, ਜੇ ਉਹਨੂੰ ਲੱਗਦਾ ਉਹ ਆਪਦਾ ਥੋੜ੍ਹਾ ਘਾਣ ਕਰਵਾ ਲਵੇ, ਬਹੁਤਾ ਕਰਵਾ ਲਵੇ, ਅਸੀਂ ਵੀ ਕਹਿਣਾ ਵੀ ਇਹ ਲੰਬਾ ਚੱਲੇ, ਅਸੀਂ ਵੀ ਸਰਕਾਰ ਨੂੰ ਘੁਣ ਵਾਂਗ ਲੱਗੇ ਜਿਹੜੀ ਲੋਕਾਂ 'ਤੇ ਇੰਨਾ ਤਸ਼ੱਦਦ ਕਰਦੀ ਆ। ਲੋਕਾਂ ਸਰਕਾਰ ਬਣਦੀ ਆ ਲੋਕਾਂ ਦੇ ਮਸਲੇ ਹੱਲ ਕਰਨ ਨੂੰ, ਲੋਕਾਂ ਨੂੰ ਸਹੂਲਤਾਂ ਦੇਣ ਨੂੰ। ਹਾਂ ਵੀ ਮੰਨ ਲਓ ਅਸੀਂ MP ਚੁਣਦੇ ਹਾਂ, MLA ਚੁਣਦੇ ਹਾਂ, ਉਹਨਾਂ ਦਾ ਕੰਮ ਕੀ ਹੁੰਦਾ ਵੀ ਹਾਂ ਲੋਕਾਂ ਨੂੰ ਜਦ ਜਿੱਥੇ ਵਿੱਦਿਆ ਨਹੀਂ ਹੈਗੀ ਉੱਥੇ ਸਕੂਲ ਖੋਲ੍ਹਣੇ, ਜਿੱਥੇ ਨਹੀਂ ਹਸਪਤਾਲ ਹੈਗੇ ਹਸਪਤਾਲ ਬਣਾਉਣੇ, ਜਾਂ ਲੋਕਾਂ ਦੇ ਪੱਖ ਦੇ ਕਾਨੂੰਨ ਬਣਾਉਣੇ। ਪਰ ਉਲਟਾ ਉਹ ਕਹਿੰਦਾ ਉਲਟਾ ਚੋਰੀ ਕੋਤਵਾਲੀ ਕੋ ਕਾਢੇ ਸਰਕਾਰ ਦੀਆਂ ਉਹ ਗੱਲਾਂ ਨੇ ਵੀ ਇਹਨਾਂ ਨੇ ਕਰਨੀ ਤਾਂ ਸਾਡੀ ਰੱਖਿਆ ਸੀ, ਜਿਹੜੇ MP MLA ਸੀ ਚੁਣਦੇ ਆ, ਇਹ ਸਾਡੇ ਦੀ ਕਾਨੂੰਨ ਥੋਪੀ ਜਾਂਦੇ ਨੇ। ਅਸੀਂ ਮਜਬੂਰਨ 6-7 ਮਹੀਨਾ ਤੋਂ ਦਿੱਲੀ ਸੜਕਾਂ 'ਤੇ ਬੈਠੇ ਹਾਂ, ਜਦੋਂ ਸਰਕਾਰ ਨੂੰ ਪਤਾ ਵੀ ਨਹੀਂ ਲੋਕਾਂ ਨੂੰ ਇਹ ਕਾਨੂੰਨ ਪਸੰਦ ਹੈ ਕਿ ਸਰਕਾਰ ਕਿਉਂ ਬਿਹੇਵ ਖੜਾ ਕਰ ਰਹੀ ਹੈ, ਬਿਨਾਂ ਗੱਲ ਤੋਂ ਸਰਕਾਰ ਰੱਦ ਕਰ ਦੇਵੇ। ਜੇ ਸਰਕਾਰ ਨੂੰ ਕੋਈ ਝਾਕ ਆ ਵੀ ਹਾਂ ਪਤਾ ਨਹੀਂ ਥੱਕ ਥੁੱਕ ਕੇ ਬਹਿ ਜਾਣਗੇ, ਸੋ ਇੱਦਾਂ ਨਹੀਂ ਹੋਊਗਾ। ਲੋਕ ਪੂਰੇ ਜਥੇਬੰਦ ਹੋਏ ਨੇ ਕਿ ਉਹ ਗੱਲਾਂ ਨਹੀਂ ਹੈਗੀਆਂ ਵੀ ਲੋਕ ਆਪ ਮਹਾਰੇ ਚੱਲ ਰਹੇ ਨੇ, ਜਥੇਬੰਦ ਹੋ ਕੇ ਪੂਰੇ ਜਾਬਤੇ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚੋਂ ਬਾਰੀ ਸੋਧੇ ਲੋਕ ਆਪੋ ਆਪਦਾ ਫਰਜ਼ ਸਮਝ ਕੇ ਜਾ ਰਹੇ ਨੇ। ਜਿਵੇਂ ਸਰਕਾਰ ਨੂੰ ਲੱਗਦਾ ਸੀ ਵੀ ਪਤਾ ਨਹੀਂ ਹਾੜੀ ਵੇਲੇ ਗਿਣਤੀ ਘੱਟ ਜੂਗੀ, ਉਦੋਂ ਸਰਕਾਰ ਨੇ ਚਾਲ ਚਲਾਈ ਓਪਰੇਸ਼ਨ ਕਲੀਨ ਚਲਾਉਣ ਦੀ ਵਗੈਰਾ, ਹੁਣ ਵੀ ਜੀਰੀ ਦਾ ਕੰਮ ਆ। ਸੋ ਸਰਕਾਰ ਦੇ ਭੁਲੇਖੇ ਨੇ ਜਿਹੜੇ ਲੋਕ ਨੇ ਇਹਨਾਂ ਨੇ ਆਪ ਹੀ ਦੂਰ ਕਰ ਦੇਣੇ ਨੇ, ਕੋਈ ਗੱਲ ਨਹੀਂ। ਜਿੰਨਾ ਕੁ ਚਿਰ ਸਰਕਾਰ ਦਾ ਵੀ ਚੱਲਦਾ ਕੋਈ ਆਪਦਾ ਸਿਆਸੀ ਪੈਂਤੜੇ ਚਲਾਉਂਦੀ ਹੁੰਦੀ ਆ, ਸਰਕਾਰ ਚਲਾ ਕੇ ਦੇਖ ਲੈ, ਪਰ ਇਹ ਲੋਕ ਅੱਕ ਕੇ ਘਰਾਂ 'ਚ ਨਹੀਂ ਬੈਠਣਗੇ। ਮੋਦੀ ਸਰਕਾਰ ਮੁਰਦਾਬਾਦ, ਇਹ ਲੋਟੂ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲਿਏ ਸਬਸਕ੍ਰਾਈਬ ਕਰੀਏ ਸੱਚ ਕਹੂੰ, ਔਰ ਬੈਲ ਆਇਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।